ਸਤਿਕਾਲ ਜੀ, ਸਵਾਗਤ ਹੈ ਕਿੱਤਾ ਖੇਤੀਬਾੜੀ ਚੈਨਲ ਤੇ। ਗਾਵਾਂ ਦੇ ਆਪਾਂ ਟੀਕੇ ਲਾ ਰਹੇ ਹਾਂ। ਪਾਪਾ ਨੂੰ ਦਿਖਾਉਣੇ ਆ ਕਿ ਬੀਜ ਤੇ ਲਿਆਉਣ ਵਾਲਾ ਟੀਕਾ, ਇਸ ਤਰੀਕੇ ਦੀ ਗੱਲ ਹੁੰਦੀ ਆ ਆਪਣੇ ਕੋਲ ਤੇ ਹਰ ਇੱਕ ਗਾਂ ਦੇ ਆਪਾਂ ਲਾਈਦਾ। ਸਿਰਫ ਆਪਾਂ ਸੂਈ ਘਟਾਉਣੀ ਆ, ਹੀਟ ਨੂੰ ਇਹਨੂੰ ਲੱਗਣਾ ਤੇ ਗਾਂ ਦੇ ਟੀਕਾ ਲੱਗ ਜਾਂਦਾ। 2 ml ਟੀਕਾ ਲਾਉਣਾ ਹੁੰਦਾ ਆਪਾਂ, ਸੋ ਉਹਨਾਂ ਗਾਵਾਂ ਦੇ ਲਾਉਣਾ ਜਿਨ੍ਹਾਂ ਦੇ ਜਿਹੜੀਆਂ ਗਾਵਾਂ ਹਜੇ ਤੱਕ ਹੀਟ ਦੇ ਵਿੱਚ ਨਹੀਂ ਆਈਆਂ। ਸੋ ਜਿਵੇਂ ਕਿ ਆਹ ਗਾਂ ਦੇ ਮਤਲਬ ਬਲੂ ਪ੍ਰਿੰਟ ਆ, ਇਹ ਗਾਂ ਹੀਟ ਦੇ ਵਿੱਚ ਆ ਗਈ ਆ, ਸੋ ਇਹਦੇ ਨਹੀਂ ਆਪਾਂ ਟੀਕਾ ਲਾਉਣਾ ਗਾ। ਆਪਾਂ ਸਿਰਫ ਉਹ ਗਾਵਾਂ ਦੇ ਲਾਉਣਾ ਜਿਹੜੀਆਂ ਹਜੇ ਤੱਕ ਹੀਟ ਦੇ ਵਿੱਚ ਨਹੀਂ ਆਈਆਂ। ਇਹ ਹੀਟ ਦੇ ਵਿੱਚ ਲਿਆਉਣ ਲਈ ਮੰਨਿਆ ਜਾਣ ਵਾਲਾ ਟੀਕਾ। ਅੱਜ ਟੀਕਾ ਲਾਵਾਂਗੇ, 2 ਦਿਨਾਂ ਦੇ ਵਿੱਚ ਪਸ਼ੂ ਹੀਟ ਦੇ ਵਿੱਚ ਆ ਜਾਂਦਾ। ਸੋ ਆ ਜਾਓ, ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਆਪਾਂ ਕਿਵੇਂ ਲਾਉਂਦੇ ਹਾਂ। ਸੋ ਜਿੰਨੀਆਂ ਵੀ ਗਾਵਾਂ ਤੁਸੀਂ ਦੇਖ ਰਹੇ ਆ, ਇਹਨਾਂ ਸਾਰਿਆਂ ਦੇ ਟੀਕੇ ਭਰੇ ਜਾ ਚੁੱਕੇ ਆ ਤੇ ਇਹਨਾਂ ਗਾਵਾਂ ਦੇ ਆਪਾਂ ਆਹ ਦਾ ਟੀਕਾ ਨਹੀਂ ਲਾਉਣਾ ਗਾ। ਇਹ ਸਿਰਫ ਆਪਾਂ ਉਸ ਗਾਂ ਦੇ ਲਾਉਣਾ ਜਿਹੜੀ ਹੀਟ ਦੇ ਵਿੱਚ ਨਹੀਂ। ਸੋ ਆਹ ਜਿੰਨੀਆਂ ਵੀ ਗਾਵਾਂ ਤੁਸੀਂ ਦੇਖ ਰਹੇ ਆ, ਇਹ ਸਾਰੀਆਂ ਦੇ ਟੀਕੇ ਆਪਾਂ ਭਰਦੇ ਆ। ਜ਼ਿਆਦਾਤਰ ਆਪਣੀਆਂ ਸਾਰੀਆਂ ਗਾਵਾਂ ਹੀਟ ਦੇ ਵਿੱਚ ਆ ਗਈਆਂ ਸੀ। ਅੱਜ ਤੋਂ 10 ਦਿਨ ਪਹਿਲਾਂ ਆਪਾਂ ਇਹ ਟੀਕਾ ਲਾਇਆ ਸੀ ਗਾਵਾਂ ਦੇ, ਤਾਂ ਕਰਕੇ ਆਪਣੀਆਂ ਸਾਰੀਆਂ ਗਾਵਾਂ ਹੀਟ ਦੇ ਵਿੱਚ ਆ ਗਈਆਂ। ਹੁਣ ਜਿਹੜੀਆਂ ਰਹਿ ਗਈਆਂ ਉਹਨਾਂ ਦੇ ਲਾ ਕੇ ਉਹ ਵੀ ਹੀਟ ਦੇ ਵਿੱਚ ਆ ਜਾਣਗੀਆਂ। ਤਕਰੀਬਨ 350-400 ਗਾਂ ਦੇ ਕਰੀਬ ਕਰੀਬ ਆ ਆਪਣੇ ਕੋਲ ਇਸ ਸਾਲ, ਅਤੇ ਉਹਨਾਂ ਦਾ ਆਪਾਂ AI ਕਰ ਰਹੇ ਹਾਂ ਅਤੇ ਉਹ ਵੀ ਹੀਟ ਦੇ ਵਿੱਚ ਆ ਜਾਣਗੀਆਂ। ਸੋ ਇੱਦਾਂ ਨਾਲ ਨਾਲ ਮਿਲਕਿੰਗ ਚੱਲਦੀ ਰਹੀ, ਆਪਾਂ ਲਾ ਦੇਈਦੇ ਹਾਂ। ਆਹ 2 ਗਾਵਾਂ ਆ ਗਈਆਂ ਨੇ ਲਗਾਤਾਰ, ਇਹਨਾਂ ਦੇ ਹੀਟ ਸਟਿੱਕਰ ਲੱਗੇ ਹੋਏ ਆ। ਅਤੇ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜੇਕਰ ਹੀਟ ਸਟਿੱਕਰ ਰੈੱਡ ਨਹੀਂ ਹੋਇਆ ਤਾਂ ਉਹ ਗਾਂ ਹੀਟ ਦੇ ਵਿੱਚ ਨਹੀਂ ਆਈ। ਇਹ ਗਾਵਾਂ ਇਹ ਟੀਕਾ ਲਾਉਣ ਤੋਂ ਬਾਅਦ ਵੀ ਹੀਟ ਦੇ ਵਿੱਚ ਨਹੀਂ ਆਈਆਂ। ਸੋ ਅੱਜ ਆਪਾਂ ਦੋਹਰੀ ਵਾਰ ਇਹਨਾਂ ਦੇ ਟੀਕਾ ਲਾਵਾਂਗੇ ਅਤੇ ਫਿਰ ਇਹ ਗਾਵਾਂ ਹੀਟ ਦੇ ਵਿੱਚ ਆ ਜਾਣਗੀਆਂ। ਜਿਵੇਂ ਕਿ ਆਹ ਗਾਂ ਦੇ ਆਪਾਂ ਟੀਕਾ ਲਾਉਣਾ, ਆਪਾਂ ਸਿਰਫ ਸੂਈ ਘਟਾਉਣੀ ਆ, ਆਹ ਨੱਪਣੀ ਆ, ਟੀਕਾ ਲੱਗ ਗਿਆ ਆਪਾਂ ਕਰ ਲੈਣਾ। ਜਿਵੇਂ ਆਹ ਗਾਂ ਸੂਈ ਲਾਈ, ਟੀਕਾ ਨੱਪਿਆ, ਉਹ ਕਰ ਲੈਣਾ। ਇਸ ਤਰੀਕੇ ਦੇ ਨਾਲ ਗਾਵਾਂ ਦੇ ਟੀਕੇ ਲਾਉਣੇ ਆਪਾਂ। ਆ ਇੱਕ ਗਾਂ ਹੋਰ ਆ ਗਈ ਆ, ਸਾਰੀਆਂ ਗਾਵਾਂ ਦਾ ਇਸ ਤਰੀਕੇ ਦੇ ਨਾਲ ਆਪਾਂ ਟੀਕੇ ਲਾਉਣੇ ਆ। ਸੋ ਜਦੋਂ ਗਾਂ ਹੀਟ ਦੇ ਵਿੱਚ ਆਉਂਦੀ ਆ ਤਾਂ ਸਟਿੱਕਰ ਇਸ ਤਰੀਕੇ ਦੇ ਨਾਲ ਰੈੱਡ ਹੋ ਜਾਂਦਾ। ਸੋ ਆਪਾਂ ਕਰਾਂਗੇ ਇਹਦਾ AI, ਅਗਲੇ ਰਾਊਂਡ ਕਰਾਂਗੇ ਆਪਾਂ ਇਹਦਾ AI। ਸੋ ਜੇਕਰ ਤੁਸੀਂ ਵੀ ਆਹ ਟੀਕੇ ਦਾ ਨਾਂ ਜਾਣਨਾ ਤਾਂ ਇੰਸਟਾਗ੍ਰਾਮ 'ਤੇ ਆ ਜਾਓ, ਮੈਂ ਤੁਹਾਨੂੰ ਇਹਦੀ ਫੋਟੋ ਭੇਜ ਦੂੰਗਾ ਅਤੇ ਉਸ ਤੋਂ ਬਾਅਦ ਤੁਸੀਂ ਵੀ ਇਹਨੂੰ ਯੂਜ਼ ਕਰ ਸਕਦੇ ਹਾਂ। ਇਹਨੂੰ ਯੂਜ਼ ਕਰਨ ਦੇ ਨਾਲ 2 ਦਿਨਾਂ ਦੇ ਵਿੱਚ ਹੀ ਗਾਵਾਂ ਹੀਟ ਦੇ ਵਿੱਚ ਆ ਜਾਂਦੀਆਂ। ਬਹੁਤ ਹੀ ਵਧੀਆ ਇੰਜੈਕਸ਼ਨ ਆ ਇਹ। ਸੋ ਅਸੀਂ ਕਿਉਂਕਿ ਕੱਚੀਆਂ ਗਾਵਾਂ ਨੂੰ ਹੀਟ ਦੇ ਵਿੱਚ ਲੈ ਕੇ ਆਉਣਾ ਹੁੰਦਾ, ਤਾਂ ਕਰਕੇ ਅਸੀਂ ਇਹ ਯੂਜ਼ ਕਰਦੇ ਹਾਂ। ਬਹੁਤ ਘੱਟ ਗਾਵਾਂ ਰਿਪੀਟ ਕਰਦੀਆਂ ਜਦੋਂ ਆਪਾਂ ਇਹਦੇ ਨਾਲ ਹੀਟ ਦੇ ਵਿੱਚ ਲੈ ਕੇ ਆਉਂਦੇ ਹਾਂ। ਸੋ ਆਪਣੀ ਜਿਹੜੀ ਇਹ ਬੋਟਲ ਆ ਫਿਨਿਸ਼ ਹੋ ਗਈ ਆ, ਹੁਣ ਇਹਨੂੰ ਆਪਾਂ ਖੋਲ੍ਹ ਲੈਣਾ ਅਤੇ ਇਹਦੇ 'ਤੇ ਆਪਾਂ ਦੂਜੀ ਬੋਟਲ ਲਾ ਦੇਣੀ। ਸੋ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਖੋਲ੍ਹ ਕੇ ਬਾਹਰ ਕੱਢ ਲੈਣਾ, ਆਹ ਬੋਟਲ ਨੂੰ ਨਵੀਂ ਨੂੰ ਪਾ ਕੇ ਇਹਦੇ ਵਿੱਚ ਖਬੋ ਲੈਣਾ, ਅਤੇ ਉਸ ਤੋਂ ਬਾਅਦ ਇਹਨੂੰ ਉੱਪਰ ਫੇਰ ਕੱਸ ਦੇਣਾ। ਸੋ ਆਪਾਂ ਕੱਸ ਲਿਆ, ਆਪਣੀ ਗੰਨ ਹੋ ਗਈ ਆ ਰੈਡੀ ਫੇਰ। ਸੋ ਇਹ ਸੀਗੀ ਜੀ ਵੀਡੀਓ ਕਿ ਆਪਾਂ ਗਾਵਾਂ ਦੇ ਕਿਵੇਂ ਟੀਕੇ ਲਾਉਣੇ ਆ। ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੁੰਦੀ, ਜੇਕਰ ਵਧੀਆ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।